ਬਾਉਲ ਜਿਹਨੂੰ ਅਸੀਂ ਕਹਿੰਦੇ ਆਂਦਰਾਂ, ਉਹਦਾ ਟੈਸਟ ਕਿਸ ਤਰ੍ਹਾਂ ਕਰੀਦਾ ਵਾ? ਜੇ ਤੁਹਾਨੂੰ ਆਂਦਰਾਂ ਦਾ ਟੈਸਟ ਭੇਜਿਆ ਜਾਵੇ ਨੈਸ਼ਨਲ ਹੈਲਥ ਸਰਵਿਸ ਦੇ ਕੋਲੋਂ, ਤਾਂ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਕਰੀਏ, ਕਰਕੇ ਸਾਨੂੰ ਫਿਰ ਪਤਾ ਹੋਵੇ ਤੁਹਾਡੀ ਸਿਹਤ ਕਿੱਦਾਂ ਚੰਗੀ ਰੱਖਣੀ ਆ। ਤੁਹਾਨੂੰ ਥੋੜ੍ਹੀ ਜਿੰਨੀ ਟੱਟੀ ਆਪਦੀ ਇੱਕ ਸ਼ੀਸ਼ੇ ਦੀ ਬੋਤਲ ਦੇ ਵਿੱਚ ਰੱਖਣੀ ਪੈਣੀ ਆ, ਫਿਰ ਤੁਸੀਂ ਭੇਜ ਸਕਦੇ ਆ ਪੋਸਟ ਦੇ ਵਿੱਚ ਇਹ ਚੈੱਕ ਕਰਨ ਵਾਸਤੇ। ਮੈਂ ਤੁਹਾਨੂੰ ਸਮਝਾਉਂਦੀ ਹਾਂ ਹੁਣ ਕਿੱਦਾਂ ਕਰੀਦਾ ਵਾ। ਮੈਂ ਤੁਹਾਨੂੰ ਸਮਝਾਉਂਦੀ ਹਾਂ ਤੁਸੀਂ ਕਿਸ ਤਰ੍ਹਾਂ ਥੋੜ੍ਹੀ ਜਿੰਨੀ ਰੱਟੀ ਲੈਣੀ ਆ। ਇਹ ਤੁਸੀਂ ਪੇਪਰ 'ਤੇ ਵੀ ਲਾ ਸਕਦੇ ਆ ਜਾਂ ਕਿਸੇ ਬਰਤਨ ਦੇ ਵਿੱਚ ਵੀ। ਤੁਸੀਂ ਤਾਰੀਖ ਲਿਖਣੀ ਆ ਬੋਤਲ ਦੇ ਉੱਤੇ ਪੈੱਨ ਦੇ ਨਾਲ। ਤੁਸੀਂ ਥੋੜ੍ਹੀ ਜਿੰਨੀ ਆਪਦੀ ਟੱਟੀ ਪਾਣੀ ਦੇ ਵਿੱਚ ਨਹੀਂ ਬਣ ਦੇਣੀ, ਜਾਂ ਟੋਇਲਟ ਦੇ ਵਿੱਚ ਲੈਟਰੀਨ ਦੇ ਵਿੱਚ ਨਹੀਂ ਲੱਗਣੀ ਚਾਹੀਦੀ। ਤੁਸੀਂ ਜਿਹੜੇ ਹੈ ਨਾ ਬੋਤਲ ਹੈਗੀ ਜਿਹੜੀ ਉਹਨਾਂ ਨੇ ਤੁਹਾਨੂੰ ਭੇਜਣੀ ਆ, ਉਹ ਖੋਲ੍ਹ ਕੇ ਅਤੇ ਜਿਹੜਾ ਵਿੱਚ ਡੱਕਾ ਹੋਣਾ ਵਾ ਉਹ ਤੁਸੀਂ ਟੱਟੀ ਦੇ ਉੱਤੇ ਲਾਉਣਾ ਵਾ, ਜਿੰਨਾ ਚੱਕਰ ਉਹ ਜਿਹੜੇ ਸੁਰਾਖ ਵਿੱਚ ਹੈਗੇ ਆ ਉਹ ਨਾ ਭਰ ਹੋ ਜਾਣ। ਤੁਹਾਨੂੰ ਬਸ ਥੋੜ੍ਹਾ ਜਿੰਨੀ ਟੱਟੀ ਚਾਹੀਦੀ ਆ, ਜ਼ਿਆਦੀ ਨਾ ਤੁਸੀਂ ਪਾਈਓ ਵਿੱਚ। ਹੁਣ ਤੁਸੀਂ ਜਿਹੜੀ ਸੋਟੀ ਆ ਉਹ ਵਾਪਸ ਬੋਤਲ ਦੇ 'ਚ ਪਾ ਦਿਉ ਅਤੇ ਬੰਦ ਕਰ ਦਿਉ ਸਵਾਰ ਕੇ। ਇੱਕ ਵਾਰੀ ਤੁਸੀਂ ਬੰਦ ਕਰ ਦਿੱਤੀ ਤਾਂ ਫਿਰ ਉਹਨੂੰ ਖੋਲ੍ਹਣਾ ਨਹੀਂ ਅਤੇ ਆਪਦੇ ਹੱਥ ਚੰਗੀ ਤਰ੍ਹਾਂ ਪਾਣੀ ਸਾਬਣ ਦੇ ਨਾਲ ਧੋਣੇ ਆ। ਯਾਦ ਨਾ ਦੇਖਣਾ ਵਾ ਤੁਸੀਂ ਨਾ ਅੱਜ ਦੀ ਤਾਰੀਖ, ਜਿਹੜੀ ਦਿਨ ਤੁਸੀਂ ਟੈਸਟ ਲਿਆ ਵਾ ਉਹ ਲਿਖਣਾ ਵਾ ਸਵਾਰ ਕੇ, ਅਤੇ ਜਿਹੜੀ ਬੋਤਲ ਵਾ ਉਹ ਤੁਸੀਂ ਕਾਗਜ਼ ਦੇ ਵਿੱਚ ਪਾ ਦੇਣੀ ਆ। ਫਿਰ ਉਹਨਾਂ ਦਾ ਜਿਹੜਾ ਪੈਸੇ ਹੋਣਗੇ ਉਹ ਪ੍ਰੀਪੇਡ ਐਂਵਲੋਪ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਤੁਸੀਂ ਪਾ ਦੇਣੀ ਆ। ਫਿਰ ਤੁਸੀਂ ਪੋਸਟ ਆਫਿਸ 'ਤੇ ਜਾ ਕੇ ਜਿਤਨੀ ਵੀ ਜਲਦੀ ਹੋਵੇ ਉਹਨੂੰ ਭੇਜ ਦੇਵੋ। ਬਸ ਤੁਹਾਨੂੰ ਜਿਹੜਾ ਤੁਹਾਡਾ ਰਿਜ਼ਲਟ ਹੋਏਗਾ ਉਹ ਤੁਹਾਨੂੰ ਖਤ ਭੇਜਣਗੇ, ਤੁਸੀਂ ਸਵਾਰ ਕੇ ਪੜ੍ਹਿਓ ਅਤੇ ਫਿਰ ਦੇਖਿਓ ਵੀ ਤੁਹਾਨੂੰ ਹੋਰ ਕੋਈ ਟੈਸਟ ਨਹੀਂ ਕਰਨਾ ਚਾਹੀਦਾ। ਜੇ ਤੁਹਾਨੂੰ ਕੋਈ ਮੁਸ਼ਕਲਾਤ ਹੈਗੀ ਆ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਆਪਦੀ ਜਿਹੜਾ ਡਾਕਟਰ ਵਾ ਉਹਦੇ ਕੋਲ ਤੁਸੀਂ ਜਾ ਸਕਦੇ ਆ, ਉਹ ਫਿਰ ਤੁਹਾਨੂੰ ਹੋਰ ਦੱਸਣਗੇ।